ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬਲੀ, ਤੁਸੀਂ ਦੇਖਦੇ ਪਏ ਹੋ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਸਾਡੀ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਵੀਰਾਂ ਤੱਕ ਪਹੁੰਚ ਸਕੇ। ਦੋਸਤਾਂ ਵਾਸਤੇ ਮਾਸ਼ਾਅੱਲਾ ਜੀ ਇੱਕ ਬੜੀ ਖੂਬਸੂਰਤ ਚੋਲਸਤਾਨੀ ਔਰ ਫਰੀਜ਼ੀਅਨ ਦਾ ਕ੍ਰਾਸ ਪਹਿਲਾ ਸੁਬਾ ਤਿਆਰ ਵੈਰ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਦੋਸਤੋ, ਵੀਡੀਓ ਪਸੰਦ ਆਵੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਆਪਣੇ ਕਮੈਂਟ ਦੱਸ ਕਰਨਾ। ਲੋਕੇਸ਼ਨ ਤਹਿਸੀਲ ਆਰਫਵਾਲਾ, ਜ਼ਿਲ੍ਹਾ ਪਾਕਪਤ ਨੇ। ਇਸ ਤਰ੍ਹਾਂ ਦਾ ਥਣ ਕਦੇ ਕਦੇ ਜਨਾਬ ਲੱਭਦੀ ਜਿਸ ਗਾਂ ਨੂੰ ਲੱਗਿਆ ਹੁੰਦਾ। ਮਾਸ਼ਾਅੱਲਾ, ਮੁੱਠ ਭਰ ਥਣ, ਸਿਆਹ ਕਾਲਾ, ਬੜੀ ਖੂਬਸੂਰਤ ਔਰ ਬੜੀ ਹੀ ਲਾਜਵਾਬ ਏ। ਔਰ ਮਾਸ਼ਾਅੱਲਾ, ਬੜਾ ਖੂਬਸੂਰਤ ਹਵਾਨਾ ਬਣਾਈ ਖੜੋਤੀ ਏ। ਮਜ਼ੀਦ ਹਲੇ ਨੇ ਬਣਾਵਣਾ ਵੀ ਏ। ਤਕਰੀਬਨ ਕੋਈ ਦੋ ਦੋ ਇੰਚ ਸਿੰਘ ਹੈਗੇ ਨੇ। ਬੜੀ ਨਸਲ ਜ਼ਾਤ ਏ, ਬਹੁਤ ਖੂਬਸੂਰਤ ਏ ਔਰ ਰੰਗ ਮਾਸ਼ਾਅੱਲਾ ਬੜਾ ਪਿਆਰਾ। ਜਾਨਵਰ ਦੀ ਤਸੱਲੀ ਮੇਰੇ ਵੀਰਾਂ ਨੇ ਕੈਮਰੇ ਦੀ ਨਜ਼ਰ 'ਚ ਕਰਨੀ ਏ। ਮੇਰੇ ਦੋਸਤਾਂ ਵੀਰਾਂ ਨੂੰ ਇੱਕ ਸੂਸੀ ਰਿਕੁਐਸਟ ਏ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਔਰ ਮਾਸ਼ਾਅੱਲਾ ਦੇ ਕਮੈਂਟਸ ਕਰਨੇ ਨੇ। ਮੇਰੇ ਦੋਸਤਾਂ ਵੀਰਾਂ ਨੂੰ ਜਨਾਬ ਤਸੱਲੀ ਕਰਵਾਉਣੀ। ਮਾਸ਼ਾਅੱਲਾ ਥਣ ਬਹੁਤ ਕਮਾਲ ਲੱਗਿਆ। ਥਣਾਂ ਦੀ ਵੰਡ ਪੂਰੀ ਏ ਔਰ ਕੱਦ ਵੇਲ ਆਪਣੇ ਸਾਹਮਣੇ, ਬਾਕੀ ਮੂੰਹ ਦੰਦੀ ਲਓ ਜੀ। ਮਾਸ਼ਾਅੱਲਾ ਮੂੰਹ ਦੇ ਵਿੱਚੋਂ ਹਲੇ ਤੱਕ ਦੋ ਦੰਦ ਏ। ਨਸਲ ਜ਼ਾਤ ਆਪਣੇ ਸਾਹਮਣੇ ਹੈਗੀ ਏ। ਮੇਰੇ ਦੋਸਤਾਂ ਵੀਰਾਂ ਨੂੰ ਜਨਾਬ ਤਸੱਲੀ ਕਰਵਾਈ ਜਾਵੇਗੀ ਔਰ ਜਨਾਬ ਰਿਕੁਐਸਟ ਹੈਗੀ ਏ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਔਰ ਮਾਸ਼ਾਅੱਲਾ ਦੇ ਕਮੈਂਟਸ ਕਰਨੇ ਨੇ। ਮਾਸ਼ਾਅੱਲਾ ਬਹੁਤ ਲਾਜਵਾਬ ਵੈੜੀ ਏ। ਪਹਿਲਾ ਸੁਬਾ ਇਹ ਵੈੜੀ ਸੁਣਨਾ, ਤਕਰੀਬਨ 10-12 ਦਿਨ ਵੈੜ ਸੁਮਨ ਦੇ ਵਿੱਚ ਲੈਂਦੀ ਏ। ਹਾਲੇ ਤੱਕ ਕੋਈ ਧਾਰਾਂ ਸ਼ਾਰਾਂ ਨਹੀਂ ਪਾਈਆਂ, ਨਾ ਹੀ ਪੁੜੇ ਨਵਾਏ ਨੇ। ਮੋੜ ਪੱਜਾਂ ਕੱਦ ਵੇਲ ਹਰ ਇੱਕ ਚੀਜ਼ ਆਪਣੇ ਸਾਹਮਣੇ ਮੱਠੀ ਮੱਠੀ ਨਾ। ਮੇਰਾ ਭਰਾ ਨੂੰ ਮੋਰੀ ਤੋਂ ਫੜ ਲੈ। ਕਿਉਂ ਡਰ ਨਹੀਂ? ਸਰ, ਕੈਮਰੇ ਤੋਂ ਜਾਨਵਰ ਡਰਦਾ ਹੀ ਹੁੰਦਾ। ਲਓ ਜੀ ਦੋਸਤੋ, ਜਾਨਵਰ ਦੀ ਤਸੱਲੀ ਅਸੀਂ ਕਰਵਾਉਂਦੇ ਪਏ ਹਾਂ ਟੋਰ ਫੇਰ ਕੇ ਵੀ, ਤਾਂ ਕਿ ਮੇਰੇ ਵੀਰ ਤਸੱਲੀ ਕਰਕੇ ਔਰ ਜਨਾਬ ਐਂਡ ਤੱਕ ਦੇਖ ਕੇ ਮਾਸ਼ਾਅੱਲਾ ਦੇ ਕਮੈਂਟਸ ਕਰਨ। ਮਾਸ਼ਾਅੱਲਾ ਬੜੀ ਲਾਜਵਾਬ ਵੈੜ ਏ। ਕੈਮਰੇ ਦੀ ਨਜ਼ਰ 'ਚ ਮੇਰੇ ਵੀਰ ਤਸੱਲੀਆਂ ਕਰਦੇ ਪਏ ਨੇ। ਕੱਚੀ ਵੈੜ ਹਲੇ ਟਾਈਮ ਲੈਂਦੀ ਏ ਬੰਦ। ਮਾਸ਼ਾਅੱਲਾ ਨਸਲੋਂ ਬਹੁਤ ਚੰਗੀ ਵੈੜ ਏ। ਦੋਸਤਾਂ ਵੀਰਾਂ ਦੇ ਸਾਹਮਣੇ ਹੈਗੀ ਏ। ਰਜ਼ਵਾਨ ਭਾਈ, ਅਸਲਾਮ ਵਾਲੇਕੁਮ ਜੀ। ਭਾਈ ਰਜ਼ਵਾਨ, ਮੂੰਹ ਅਗਰ ਫੜਾ ਲੈਂਦੀ ਤਾਂ ਦਿਖਾ ਦਿਓ। ਬਾਕੀ ਤੁਹਾਡੇ 'ਤੇ ਸਾਨੂੰ ਯਕੀਨ ਵੀ ਹੈਗਾ ਵੀ ਇਹ ਤੁਸੀਂ ਦੋ ਦੰਦ ਦੱਸਦੇ ਪਏ। ਮੂੰਹ ਦੋ ਦੰਦ ਹੀ ਹੈ, ਜੈਨੂਇਨ ਦੋ ਦੰਦ ਹੈ। ਜੈਨੂਇਨ? ਅੱਛਾ, ਕਿੰਨੇ ਦਿਨ ਦੇ ਸੁਮਨ ਦੇ ਵਿੱਚ ਪੈਣ? ਤਕਰੀਬਨ 10 ਦਿਨ ਲੈ ਜਾਏ। 10 ਦਿਨ ਵੈੜੀ ਲੈ ਜਾਏਗੀ? ਹਾਂਜੀ, ਉਹ ਤੁਹਾਡੇ ਸਾਹਮਣੇ। ਅੱਛਾ, ਪਿੱਛੇ ਦੀ ਥਣਾਂ ਦੀ ਤੇਰੀ ਗਰੰਟੀ ਹੋਣੀ ਚਾਹੀਦੀ ਹੈ। ਗਰੰਟੀ ਹੈ, ਬਾਕੀ ਇਹ ਬੰਦ ਖਰਬੂਜ਼ਾ ਤੇਰੇ ਕੋਲ ਦੁੱਧ ਦੀ ਅਸੀਂ ਕੋਈ ਡਿਮਾਂਡ ਨਹੀਂ ਲੈਣੀ, ਕਿਉਂਕਿ ਪਹਿਲਾ ਸੁਬਾ ਇਹਨੇ ਸੁਣਨਾ। ਬਿਲਕੁਲ, ਇਹ ਹੁਣ ਅੱਲਾ ਨੂੰ ਪਤਾ ਵੀ ਕਿੰਨਾ ਦਿੰਦੀ। ਹਾਂਜੀ, ਬਾਕੀ ਥਣਾਂ ਦੀ ਤੇ ਪਿੱਛੇ ਦੀ ਜਨਾਬ ਮੇਰਾ ਵੀਰ ਤੁਹਾਨੂੰ ਗਰੰਟੀ ਦੇਣੀ ਹੈ। ਉਹ ਇਨਸ਼ਾਅੱਲਾ ਗਰੰਟੀ, ਤੇ ਬਾਕੀ ਜਨਾਬ ਗੱਲ ਆ ਤੇ ਮੁੱਕਣੀ ਐਂਡ ਤੇ ਡਿਮਾਂਡ ਤੇ। ਹਾਂਜੀ, ਪੈਸੇ ਜਾਇਜ਼ ਮਕੂਲ ਦੱਸੋ ਜਨਾਬ, ਜਿਹੜੇ ਕਿਤੇ ਆਪਾਂ ਲੈਣੇ ਨੇ ਮਕੂਲ ਜੇ? ਹਾਂ, ਪੱਕੀ ਜੀ ਡਿਮਾਂਡ ਹੋਣੀ ਚਾਹੀਦੀ ਜਿੱਥੇ ਕਿ ਫਾਈਨਲ ਆਪਾਂ ਦੇ ਦੇਣੀ ਹੈ। 3.5 ਲੱਖ? 3.5 ਲੱਖ ਰੁਪਇਆ ਅਗਰ ਕੋਈ ਮੇਰਾ ਵੀਰ ਆਪਣੇ ਕੋਲ ਚੱਲ ਕੇ ਆ ਜਾਂਦਾ। ਪਿਆਰ ਮੁਹੱਬਤ ਕਰਾਂ? ਕਿੰਨਾ ਕੁ ਪਿਆਰ ਮੁਹੱਬਤ ਕਰੂੰਗਾ, ਕਰ ਲਾਂਗੇ ਜੀ ਆਪਣੇ ਤਕਦੀਰ ਦੀ। ਲਓ ਜੀ ਦੋਸਤੋ, ਡਿਮਾਂਡ ਇਹਦੀ ਜਨਾਬ 3.5 ਲੱਖ ਰੁਪਈਆ। ਜਦੋਂ ਕਿ ਮੇਰਾ ਵੀਰ ਚੱਲ ਕੇ ਆਵੇਗਾ, ਮਾਲਕਾਂ ਦਾ ਕਹਿਣਾ ਕਿ ਜਨਾਬ ਉਦੋਂ ਲਾਡ ਪਿਆਰ ਹੋ ਜਾਏਗਾ। ਆਪਣਾ ਰਾਬਤਾ ਨੰਬਰ ਹੁੰਦਾ ਜਨਾਬ 0307-6563-651, ਆਪਣਾ ਵਟਸਐਪ ਈਮੋ ਨੰਬਰ ਹੈ। ਲੋਕੇਸ਼ਨ ਆਰਫਵਾਲਾ ਹੈ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇਗੀ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।